ਭੈਣ ਕਿਵੇਂ ਹੋ ਗਈ ਸੌਦਾ ਦਾ ਮੇਰਾ ਚੱਲਦਾ देखदे रमजान भाई अपना सोनू भाई पसौड़ी ਸੋਨੂੰ ਪਸੌੜ ਵਾਲੇ 23000 ਰੁਪਏ ਲਾਦਾ ਬਾਈ 24 ਕਹਿ ਰਿਹਾ ਹੁਣ 10 ਕੀ ਫਰਕ ਰਹਿ ਗਿਆ ਐਤੇ ਹਾਂ 23000 ਰੁਪਏ ਲਾਦਾ ਇੱਕ ਮਿੰਟ 23000 ਰੁਪਏ ਲਾਦਾ ਵੀਰੇ ਕੀ ਨਾਮ ਬਾਈ ਮੇਰਾ ਨਾਮ ਜਗਸੀਰ ਆ ਅੱਛਾ ਪਿੰਡ ਕਿਹੜਾ ਪਿੰਡ ਮੇਰਾ ਪੱਤੀ ਸ਼ੇਖਵਾਂ ਠੀਕ ਆ ਹੁਣ ਕਿੰਨੇ ਮੰਗੇ ਸੀ ਬਾਈ ਨੇ ਬਾਈ ਮੈਂ ਤਾਂ 25000 ਰੁਪਏ ਮੰਗਿਆ ਸੀ ਇਹਨੂੰ ਮੈਂ ਕਹਿੰਦਾ ਤੇਰੇ ਵਾਸਤੇ 1000 ਰੁਪਏ ਘਾਟਾ 24 ਦੀ ਲੈ ਜਾ ਵੀਰੇ ਮੈਂ 23000 ਰੁਪਏ ਲਾਦਾ ਵੀਰੇ ਅੱਛਾ 23000 ਰੁਪਏ 24 ਦੀ ਹੋ ਗਈ ਪਤਾ ਮੱਕਰੀ ਆ ਕਿਵੇਂ ਹੋ ਗਈ ਸੌਦਾ ਦਾ ਮੇਰਾ ਚੱਲਦਾ सोनू भाई कर भाई कर सौदा कर तू चल कर लेगी चल चल कोई गल नहीं सोनू भाई खरीद रहा सी ते ए भाई कहिंदा मैनू दो ते कहिंदा मैं दिंदा 24 24 ओह भाई दे रहा सीगा ते हुण ओह भाई ओह लै गया ते आ गलबात सीगी ते उधर चलदे सोनू भाई कोले ओह तों पुछदा वी सारी गलबात किवें सीगी चलदे चलदे ਕਿਹੜੇ ਭਾਈ ਦੀ ਬੱਕਰੀ ਸੀਗੀ ਉਹ ਤਾਂ ਭਾਈ ਆਪਣੀ ਬਾਈ ਉਧਰ ਹੀ ਹਾਲੇ ਅੱਛਾ ਬਲਾਉ ਮਾਰੇ ਬਾਜੀ ਮਾਰ ਗਿਆ ਪਸੌੜ ਵਾਲਾ ਗੱਭਰੂ ਤੇ ਬਾਕੀ ਰਹਿ ਗਏ ਰੌਲਾ ਪਾਉਂਦੇ ਬਾਕੀ ਭਾਈ ਤੁਸੀਂ ਮਾਰ ਆ ਗੱਲ ਚੰਗੀ ਆ ਤੂੰ ਦੱਸ ਜਿਹੜੀ ਉਹ ਬੰਦੇ ਨੇ ਕਰੀ ਆ ਸੌਦੇ ਦੇ ਵਿੱਚ ਸੌਦਾ ਹੋ ਰਿਹਾ ਬੱਚਾ ਕੇ ਬੰਦਾ ਲਤਾੜਾ ਸਹੀ ਗੱਲ ਇਹ ਗੱਲ ਚੰਗੀ ਨਹੀਂ ਸੀ ਮੈਨੂੰ ਤਾਂ ਐ ਸੀ ਬਾਈ ਤੇਰੇ ਨਾਲ ਆਉ ਕਿਤੇ ਨਾ ਨਾ ਆਪਣੇ ਨਾਲ ਦਾ ਕਾਣੂ ਆ ਇਹਦਾ ਵਿੱਚ ਟੰਗਾਰਾਂ ਵਾਲੇ ਹੁੰਦੇ ਨੇ ਹਰੇਕ ਮੰਡੀ ਦੇ ਉੱਤੇ ਯਾਰ ਸਹੀ ਗੱਲ ਤਾਂ ਹੀ ਮੰਡੀਆਂ ਦਾ ਨਾਮ ਖਰਾਬ ਕਰ ਦਿੰਦੇ ਨੇ ਇਹੋ ਜਿਹੇ ਬੰਦੇ ਨਾਮ ਖਰਾਬ ਕਰ ਦਿੰਦੇ ਮੰਡੀ ਚੱਲ ਕੋਈ ਗੱਲ ਨਹੀਂ ਗੁੱਸਾ ਨਾ ਕਰੋ ਨਾ ਐ ਦੱਸੇ ਵੀ ਕਿੰਨੇ ਕੁ ਟਾਈਮ ਹੋ ਗਿਆ ਸੀ ਬਾਈ ਨਾਲ ਖੋਜਲੇ ਦੇ ਨੂੰ ਵੀ ਮੈਨੂੰ ਬੱਕਰੀ ਦੇ ਆ ਹਲੇ 10 ਮਿੰਟ ਹੋ ਰਹੇ ਆ ਸਾਡੀ ਹਲੇ ਆਪਸ ਗੱਲ ਚੱਲਦੀ ਆ ਫਾਲਤੂ ਵਿੱਚ ਆ ਕੇ ਬੰਗੇ ਲੈ ਰਿਹਾ ਬੰਦਾ ਅੱਛਾ ਅੱਛਾ ਹਾਂ ਤੇ 24 ਦੀ ਆਪਾਂ ਨੇ ਲੈ ਆਪਾਂ ਕੱਚਾ ਮੁੰਨ ਲਾਇਆ ਤੈਨੂੰ ਪਤਾ ਪਰ ਰੋਜ਼ ਆਏ ਕੰਮ ਕਰਨ ਆ ਸਹੀ ਗੱਲ ਉਹਨੇ ਬੰਦੇ ਨੇ 25 ਕਿਹਾ ਉਹਨੂੰ ਪਹਿਲੇ ਝੱਟ 20 ਕਿਹਾ ਠੀਕ ਹੈ ਫਿਰ ਉਹਨੂੰ 22 ਕਿਹਾ ਆਪਾਂ ਕੋਈ ਐ ਫਾਲਤੂ ਕੰਮ ਨਹੀਂ ਕਰਦੇ ਮਾਲ ਦਾ ਮੁੱਲ ਲਾਉਣਾ ਠੀਕ ਹੈ ਪਹਿਲਾਂ ਥੋੜਾ ਚੱਲ ਰਿਹਾ ਸੀ ਬਾਈ ਦੇ ਨਾਲ ਹਾਂ ਆਪਣਾ ਪਹਿਲਾਂ ਚੱਲਦਾ ਠੀਕ ਹੈ ਉਹ ਬਾਈ ਬਾਅਦ ਚ ਆਇਆ ਹਾਂ ਉਹ ਬਾਅਦ ਰਮਜਾਨ ਹਾਂ ਠੀਕ ਹੈ ਹੁਣ ਆਪਣੀ ਇਹ ਬੱਕਰੀ ਹੋ ਗਈ ਹੈ ਆਪਣੀ ਬੱਕਰੀ ਹੋ ਗਈ ਬਾਈ ਆਇਆ ਨਹੀਂ ਹਾਲੇ ਪੈਸੇ ਖਣਾਈ ਉਹਨੂੰ ਮਾਰ ਲਾ ਗਣ ਮਾਰੋ ਜਰਾ ਆਵਾਜ਼ ਤੇ ਬੱਕਰੀ ਬਾਈਆਂ ਨੇ ਪੂਰੀ ਸਿਰੇ ਦੀ ਖਰੀਦੀ ਹੈਗੀ ਕੀ ਗੱਲਬਾਤ ਆ ਬੱਕਰੀ 'ਚ ਦੱਸੋਗੇ ਸਾਨੂੰ ਮੜੀ ਜੀ ਜੋ ਵੀ ਗੱਲਬਾਤ ਹੈ ਜੀ ਬੱਕਰੀ ਸਾਰੇ ਪਾਸਿਓਂ ਪੂਰੀ ਆ ਪਠਾ ਪਤਲੇ ਪਿੰਡੇ ਦੀ ਆ ਦੰਦ ਕਿੰਨੇ ਦੀ ਆ ਦੰਦ ਪੂਰੇ ਆ ਦੰਦ ਪੂਰੇ ਆ ਹਾਂ ਨਵੇਂ ਦੰਦਾਂ ਪਠਾ ਸੂਣ ਦੇ ਕਿੰਨਾ ਕੁ ਟਾਈਮ ਲੱਗ ਜਾਈ ਜੂ ਲੈ ਜੂ 2 ਮਹੀਨੇ ਲੈ ਜੂ 2 ਮਹੀਨੇ ਲੈ ਜੀ 3 ਮਹੀਨੇ ਦੀ ਹੈਗੀ ਆ ਠੀਕ ਹੈ ਤੇ ਲਿਆਓ ਬਾਈ ਜੀ ਬਾਈ ਨੂੰ ਪੈਸੇ ਗਣਾਈ ਆਪਾਂ ਕਿੰਨੇ ਦਾ ਬਾਈ ਮਾਰ ਲੈ ਗਿਆ ਇਹ ਸੌਦਾ ਨਿਬੜ ਗਿਆ ਜੀ 24000 ਰੁਪਏ ਦਾ ਤੇ ਬਾਈਆਂ ਨੇ 20 ਤੋਂ ਸ਼ੁਰੂ ਕਰਿਆ ਸੀਗਾ ਤੇ ਦੂਸਰਾ ਬਾਈ ਵਿੱਚ ਆ ਗਿਆ ਸੀ ਕਹਿੰਦਾ ਮੈਂ ਖਰੀਦ ਦਾਂਗਾ ਤੇ ਸੋਨੂ ਬਾਈ ਦਾ ਥੋੜਾ ਜਿਹਾ ਪਾਰਾ ਵੱਧ ਗਿਆ ਸੀ ਮੈਨੂੰ ਐ ਸੀਗਾ ਆਵਾਂ ਕਿ ਤੇ ਸੋਨੂ ਗੱਲ ਨਾ ਫੜ ਲੇ ਚਲੋ ਬੰਦਾ ਨਹੀਂ ਬੰਦਾ ਗੱਲ ਤਾਂ ਕਹਣਾ ਬੰਦਾ ਚੰਗਾ ਖੈਰ ਗਾਹ ਨਹੀਂ ਬੰਦਾ ਗੱਲ ਬਧੀਆ ਲਾ ਦੇ ਮਾਨਾ ਨਹੀਂ ਨਹੀਂ ਠੀਕ ਹੈ ਰੋਜ਼ ਮਿਲਣਾ ਵਰਤਣਾ ਯਾਰ ਬਧੀਆ ਲਾ ਹਾਂ ਹਾਂ ਇਹ ਤਾਂ ਗੱਲ ਹੈਗੀ ਆ ਆ ਜਾ ਬਈ ਆ ਜਾ
ਬਾਈ ਤੂੰ ਵੀ ਦੱਸ ਦੇ ਪਹਿਲਾਂ ਬਾਈਆਂ ਇਹਨਾਂ ਨੇ ਮੁੱਲ ਲਾਇਆ ਸੀ ਬੱਕਰੀ ਦੇ? ਹਾਂ ਹਾਂ ਇਹਨਾਂ ਨੇ ਲਾਇਆ ਸੀ ਵੀਰੇ। ਅੱਛਾ ਅੱਛਾ ਉਹ ਬਾਈ ਨੇ ਬਾਅਦ ਚ ਆਇਆ? ਉਹ ਤਾਂ ਬਾਅਦ ਚ ਆ ਕੇ ਥਣ ਚੋਣ ਲੱਗ ਗਿਆ। ਉਹ ਫਿਰ ਐ ਸੀ ਤੂੰ ਤੁਸੀਂ ਧਾਰਨ ਕਾਹਤੋਂ ਮਾਰਨ ਦਿੱਤੀ ਬਾਈ ਨੂੰ? ਮੈਂ ਤਾਂ ਲਵੀ ਨਹੀਂ ਛੱਡਦਾ, ਸੌਦਾ ਚੱਲੀ ਜਾਂਦਾ ਸੀ। ਅੱਛਾ ਇਹ ਬਾਈ ਦੇ ਨਾਲ ਚੱਲ ਰਿਹਾ ਸੀ? ਹਾਂ ਇਹਦੇ ਨਾਲ ਚੱਲ ਰਿਹਾ ਸੀ। ਠੀਕ ਹੈ ਮੈਨੂੰ ਐ ਸੀ ਮੈਂ ਕਿਤੇ ਬਾਈ ਇਹਨਾਂ ਨਾਲ ਹੈਗਾ। ਨਹੀਂ 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 ਠੀਕ ਹੈ ਲੱਗਣ ਲਾ ਭਰਾ। ਆ ਆਪਣੇ ਲਵੇ ਬਾਈ ਹੁਣੀ ਆਇਆ ਸੀ, ਆਪਾਂ ਜਦੀ ਪੱਠ ਦੇਖਣ ਗਏ। ਹਾਂ 500 ਪਹਿਲਾਂ ਹੈ ਮੁੰਡਾ ਸੋਨੂੰ ਕਹਿੰਦਾ ਸੌੜ ਵਾਲਾ ਸਿਰ ਹੀ ਕਰਾ ਗਿਆ। ਆ ਚੱਕ ਫੜੋ ਕਹਿੰਦਾ ਗੱਲ ਖਰੀ ਹੁੰਦੀ ਆ ਵਧੀਆ ਨਾ 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 ਠੀਕ ਆ। ਹਾਂ ਆਪਾਂ ਗੱਲ 500 ਪਿੱਛੇ ਭੱਜਣਾ ਕੀ ਗੱਲ? ਸਹੀ ਗੱਲ ਆ ਬਈ, ਸੌਦਾ ਲਵੀ ਸੀਗਾ ਬਾਈ ਨੇ 25 ਮੰਗਿਆ। ਤੜਕੇ ਦੀ ਖੜੀ ਆ ਬਾਈ ਤੜਕੇ ਦੀ 500 ਆਇਆ ਕਰਦੇ ਬਾ ਠੀਕ ਆ ਬਾਈ। ਛੋੜ ਹੁਣ ਕੀ ਆ? ਛੋੜ ਤਾਂ ਛੋੜ ਬਣਾ ਤੈਨੂੰ ਪਤਾ ਬੱਕਰੀਆਂ ਨਾਗਾ ਕੋਈ ਨਵਾਂ ਤਾਂ ਲੱਗਿਆ ਨਹੀਂ ਕੰਮ ਕਰਨ। ਠੀਕ ਆ ਠੀਕ ਆ। ਲੋ ਵੀਰੋ ਬਾਈਆਂ ਦਾ ਸੌਦਾ ਹੋ ਚੁੱਕਿਆ ਤੇ ਕਿਸ ਤਰ੍ਹਾਂ ਲੱਗੀ ਗੱਲਬਾਤ ਕਮੈਂਟ ਕਰਕੇ ਜ਼ਰੂਰ ਦੱਸਿਓ। ਤੇ ਇਹ ਬੱਕਰੀ ਖਰੀਦੀ ਹੈ 24,000 ਦੀ ਬਾਈ ਜੀ ਨੇ। ਧੰਨਵਾਦ।